ਲੋ ਜੀ ਪਾਪਾ ਜੀ ਕਹਿੰਦੇ ਵੀ ਮੈਂ ਥੋੜੇ ਦਿਨਾਂ ਤੱਕ ਵੱਡੇ ਦੇਣੇ ਆ ਆ ਮਨੇ ਨੂੰ ਵੀ ਦੇ ਤੇ ਤੋੜ ਕੇ ਹੁਣ ਬਣਾ ਕੇ ਖਾ ਲਈ ਭਾਈ ਆਪਣੀ ਭਾਬੀ ਦੇ ਹੱਥ ਦੇ ਇਹਦੀ ਸખી ਭਾਬੀ ਸਰਬਜੀਤ ਦੀ ਘਰ ਵਾਲੀ ਬਣਾ ਕੇ ਦੇਊਗੀ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਮੌਸਮ ਖੁੱਲਣੀ ਜੀ ਰਿਹਾ ਪਹੁੰਚਿਆ ਹੋਇਆ ਜੀ ਖੇਤਾਂ ਦੇ ਵਿੱਚ ਖੇਤਾਂ ਦੇ ਵਿੱਚ ਆਉਣ ਦਾ ਵੀ ਇੱਕ ਕਾਰਨ ਹੈ ਅ ਵਾ ਉਹ ਅਮਨਾ ਵੀ ਆਵੇ ਜੀ ਨਾਲ ਜੀ ਰਸਤੇ ਤੇ ਚੱਕ ਲਿਆ ਸੀ ਇਹ ਤੇ ਸ਼੍ਰੀਮਤੀ ਜੀ ਵੀ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਗਰਾਰੀ ਫਸ ਗਈ ਸੀਗੀ ਇਹ ਜੀ ਘਰਾਂ ਮੋੜ ਕਿੜ ਕੇ ਇੱਕੋ ਗੱਲ ਕਹੀ ਜਾਂਦੀ ਆ ਕਹਿੰਦੀ ਤੁਸੀਂ ਮੈਨੂੰ ਆਏ ਦੱਸੋ ਬਈ ਅਮਨਾ ਬਈ ਅਮਨਾ ਵੀ ਖੇਤਾਂ ਵਿੱਚ ਘੁੰਮੇ ਜਾਂਦਾ ਉੱਥੇ ਵੀਡੀਓ ਬਣਾਈ ਜਾਂਦਾ ਜਾਨਮਹਾਲ ਦੀਆਂ ਵੀ ਉਹ ਮੋਟਰ ਵਾਲੀਆਂ ਖੇਤਾਂ ਦੀਆਂ ਬੜੀਆਂ ਵੀਡੀਓ ਆਉਂਦੀਆਂ ਉਤੇ ਬਾਅਦ ਦੇ ਵਿੱਚ ਜੀ ਆਪਣਾ ਮਲਕੀਤ ਬਾਈਦਾਂ ਦੀਆਂ ਵੀ ਹੋ ਗਈਆਂ ਕਾਲਾ ਵੀ ਖੇਤਾਂ ਵਿੱਚ ਘੁੰਮੀ ਜਾਂਦਾ ਮੈਨੂੰ ਕਹਿੰਦੀ ਤੁਹਾਡੀ ਵੀਡੀਓ ਬਸ ਇੱਥੇ ਘਰ ਦੇ ਵਿੱਚ ਹੀ ਘੁੰਮੀਆਂ ਦੀ ਵੀ ਤੁਸੀਂ ਖੇਤਾਂ ਜਗ੍ਹਾ ਤੇ ਨਹੀਂ ਜਾਂਦੇ ਹੈਗੇ ਕਹਿੰਦੀ ਮੈਨੂੰ ਸ਼ੱਕ ਹੈ ਕੀ ਸ਼ੱਕ ਹੈ ਵੀ ਖੇਤਾਂ 'ਚ ਕੁਝ ਜੰਮਿਆ ਹੀ ਨਹੀਂ ਹੈਗਾ ਮੈਨੂੰ ਲੱਗਦਾ ਵੀ ਤੁਹਾਡੇ ਖੇਤ ਵੀ ਤੁਹਾਡੇ ਖੇਤਾਂ 'ਚ ਕੁਝ ਜੰਮਿਆ ਨਹੀਂ ਜਾਂ ਤੁਹਾਡੀ ਫਸਲ ਖਰਾਬ ਜੀ ਹੋਇਆ ਵੀ ਤੁਸੀਂ ਤਾਂ ਹੀ ਨਹੀਂ ਦਿਖਾਉਂਦੇ ਹੈਗੇ ਮੈਂ ਫਿਰ ਹੁਣ ਕੀ ਕਰਨਾ ਦਾ ਮੈਂ ਬੈਸਿਆ ਇਹਦੇ ਨਾਲ ਅੱਧਾ ਘੰਟਾ ਅੱਧਾ ਘੰਟਾ ਬੈਸਣ ਦੇ ਬਾਅਦ ਇਹਨੂੰ ਮੈਂ ਕਿਹਾ ਵੀ ਨਾ ਹੁਣ ਵੀਡੀਓ ਕਰਦੇ ਵਿੱਚ ਉਹ ਉਹ ਉਹਦੀ ਵੀ ਵੀਡੀਓ ਬਣਿਆ ਵੀ ਜਿਹੜੀ ਬੈਸ ਬਸਾਈ ਹੋਈ ਵੀ ਪਰ ਉਹ ਅਸੀਂ ਪਾਉਣੀ ਨਹੀਂ ਕੱਟੇ ਦੇਣੀ ਵੀਡੀਓ ਐਸੇ ਦੇ ਨਵੇਂ ਸਿਰੇ ਤੇ ਸ਼ੁਰੂ ਕਰ ਲਈ ਹੁਣ ਇਹਨੂੰ ਮੈਂ ਖੇਤ ਦਿਖਾਵਾਂ ਪਹਿਲਾਂ ਇਹਨੂੰ ਸੈਟੀਸਫਾਈ ਕਰਾਂ ਮੈਂ ਵੀ ਅਸੀਂ ਪਾਈ ਬਾਹਰ ਵੀ ਕੰਮ ਕਰਦੇ ਕਿਤੇ ਆਏ ਨਾ ਸੋਚੀ ਜਾਈਂ ਵੀ ਗੱਲਾਂ ਮਾਰਨੇ ਵਾਲੀਆਂ ਹਨਾ ਜ਼ਰੂਰੀ ਹੈ ਦੱਸਣਾ ਤੇ ਹੁਣ ਜਿਹੜੇ ਖੇਤ ਦੇ ਵਿੱਚ ਖੜਿਆ ਹਾਂ ਹੁਣ ਦੂਸਰੇ ਕੈਮਰੇ ਨਾਲ ਆਪਾਂ ਉਹ ਕਰਦੇ ਆਂ ਆਹ ਖੇਤ ਹੈ ਜੀ ਇਹਦੇ ਵਿੱਚ ਗੰਨਾ ਬੀਜਿਆ ਹੋਇਆ ਤੇ ਗੰਨੇ ਦੇ ਵਿੱਚ ਕਈ ਜਣਿਆਂ ਨੂੰ ਪਤਾ ਵੀ ਅਸੀਂ ਗੰਨਾ ਥੋੜੇ ਲੇ ਤੇ ਲੇਟ ਕਰਨੇ ਦੇ ਵਿੱਚ ਜਿਹੜੀ ਸਰੋਂ ਆ ਉਹਨੇ ਫਿਰ ਵਿਚਾਰੀ ਨੇ ਲੇਟੇ ਹੋਣਾ ਤਾਂ ਲੋਕਾਂ ਦੇ ਫੁੱਲ ਆਇਆ ਹੋਇਆ ਸਾਡੇ ਹਲਵਾਚਾਰੀ ਵੱਧ ਫੁੱਲ ਰਹੀ ਹੈ ਇਹ ਹੈ ਇਹ ਵੀ ਗੱਲ ਇੱਕ ਇੱਕ ਪਾਸੇ ਨੂੰ ਸਹੀ ਵੀ ਹੈ ਸੁਖਬੀਰ ਦੀ ਵੀ ਤੁਹਾਡੇ ਜੰਮਿਆ ਨਹੀਂ ਹੋਣਾ ਕੋਸ ਹੈ ਤੇ ਹੁਣ ਆਪਾਂ ਚਾ ਉਹ ਗਿਰਗੀ ਹੈ ਹੈ ਉਹ ਗਿਰਗੀ ਬਾਈ ਬੜੀ ਉਹ ਹਾਂ ਬੜੀ ਆਹੀ ਤਾਂ ਚੀਜ਼ ਆ ਕਈਆਂ ਦੇ ਗਿਰਗੀਆਂ ਆ ਹੁਣ ਫਾਇਦਾ ਵੀ ਨਹੀਂ ਗਿਰਦੀਆਂ ਵੀ ਆ ਗਿਰਦੀਆਂ ਵੀ ਆ ਬੜੀਆਂ ਇਹ ਵੀ ਗੱਲ ਸਹੀ ਸੁਣਾਉਣ ਨੇ ਆ ਤੇ ਹੁਣ ਆਜੋ ਹੁਣ ਸਾਨੂੰ ਲਓ ਜੀ ਹੁਣ ਇਹਨੂੰ ਗਾਹਾਂ ਵਾਲੇ ਖੇਤਾਂ ਦੇ ਵਿੱਚ ਲੈ ਕੇ ਚੱਲਦੇ ਆਂ ਜਿਹੜੀ ਕਣਕ ਹੈਗੀ ਆ ਉਹਦੇ ਵਿੱਚ ਆਪਣੀ ਲੱਗੀ ਹੋਈ ਬੀਜੀ ਹੋਈ ਆ ਬੂਟਿਆਂ ਦੇ ਵਿੱਚ ਹਾਂ ਹੁਣ ਬੰਦੇ ਪਛਾਣ ਲਾ ਜਾਣ ਲਾ ਕੇ ਹਾਂ ਬੰਦੇ ਨੂੰ ਘੁੱਲ ਕੇ ਹਾਂ ਆਪਣੇ ਘਰ ਦੇ ਬੰਦੇ ਨੂੰ ਪਛਾਣਨਾ ਚ ਉਹ ਹੋ ਗਿਆ ਨੇੜੇ ਦੀਆਂ ਕੱਟ ਕੇ ਦੂਰ ਦੀ ਹੈਗੀ ਆ ਕਈ ਵਾਰ ਬੰਦਾ ਗਨਪੀਉਜ਼ ਹੋ ਜਾਂਦਾ ਨੇੜੇ ਦੀਆਂ ਕੱਟ ਗਈ ਬਾਈ ਚਲਾ ਚਲਾ ਕੇ ਦੂਰ ਦੀ ਵੱਧ ਗਈ ਬਿਲਕੁਲ ਲੱਗੂਗੀ ਐਨਕਾ ਲੱਗੂਗੀ ਆ ਗਲਤਾਂ ਦੀ ਤੇ ਇੱਥੇ ਕਣਕ ਵਧੀਆ ਹੋਈ ਵੀ ਆ ਕੋਈ ਮਾੜੀ ਨਹੀਂ ਤੇ ਆ ਹਦਰਬਿੰਦਰ ਰਾਣ ਦੀ ਜੀ ਸਰੋਂ ਸੂਰੋਂ ਵੀ ਆਪਣੀ ਗੋਭੀ ਸਰੋਂ ਇਹਨਾਂ ਦੀ ਸੋਣੀ ਹੈ ਹੈ ਟਾਈਮ ਨਾਲ ਵੀ ਹੋਈ ਜੀ ਟਾਈਮ ਗੱਲ ਵਿੱਚ ਹੋਈ ਵੀ ਇਹ ਤਾਂ ਗੱਲ ਹੈਗੀ ਆ ਤੇ ਆ ਸਾਡੀ ਇੱਧਰ ਵਾਲੀ ਕਣਕਾ ਜੀ ਇਹਦੇ ਵਿੱਚ ਹੁਣ ਰੇ ਗੇਰ ਦੇਣਾ ਕਿਉਂਕਿ ਇੱਕ ਤਾਂ ਮੌਸਮ ਨਹੀਂ ਖੁੱਲ ਰਿਹਾ ਕਰੀਏ ਤਾਂ ਕਰੀਏ ਕਿਆ ਹੁਣ ਇਹਦਾ ਕਣਕ ਵਧੀਆ ਖੜੀ ਆ ਬੂਟੇ ਵੀ ਵਧੀਆ ਖੜੇ ਆ ਪਰ ਸਾਰਾ ਕੋ ਪ੍ਰਮਾਤਮਾ ਦੀ ਦੇਾ ਦੇ ਨਾਲ ਸਹੀ ਆ ਆ ਪਿਲਕਣ ਪਣ ਜੀ ਹੈ ਜਿਹੜੀ ਇਹ ਚ ਸਲਫਰ ਦੀ ਘਾਟ ਹੋਈ ਹੋਈ ਆ ਇਹ ਵੀ ਜਿੱਥੇ ਬਹੁਤਾ ਗਿੱਲਾ ਜਾ ਹੋ ਜਾਵੇ ਉਹ ਕੰਮ ਹੋ ਜਾਂਦਾ ਪੈਰ ਘੜਦਾ ਹਲੇ ਸਰੋਂ ਵਧੀਆ ਹੋਈ ਵੀ ਹੈ ਜੇ ਸਾਗ ਨਾ ਬਣਾਇਆ ਹੋ ਹੁੰਦਾ ਹਾਂ ਕੱਲ ਨਾ ਬਣਾਇਆ ਹੁੰਦਾ ਤਾਂ ਸ਼ਾਇਦ ਮੈਂ ਤੋੜ ਲੈਂਦਾ ਆਹ ਹਾਂ ਹਾਂ ਆਹੋ ਪੈਰ ਘੜਦਾ ਹਲੇ ਵਿੱਚ ਘੁੰਮ ਨਹੀਂ ਨਾ ਸਾਦੇ ਇਹ ਕੂ ਠੰਡ ਲੱਗ ਲੱਗ ਕੇ ਟੁੱਟ ਜਾਣਾ ਤਾਂ ਪਰ ਤਿੰਨ ਤਿੰਨ ਦੀ ਚੀਰਨੀ ਹੋਣੀ ਨਾ ਕਣਕਾਂ ਨਾ ਕਣਕ ਜਦ ਹਾਂ ਬਸ ਕੱਲ ਨੂੰ ਜਾਂ ਪਰਸੋਂ ਨੂੰ ਪਾ ਦੇਣਾ ਰੇਹ ਦੇ ਵਿੱਚ ਰੇਹ ਵਾਲਾ ਕੰਮ ਇਹਦਾ ਵੀ ਨਿਬੇੜ ਦੇਣਾ ਤੇ ਬਾਕੀ ਆਏ ਵੀ ਬੂਟਿਆਂ ਦੇ ਵਿੱਚ ਦੀ ਥੋੜੀ ਜਿਹੀ ਲੇਟ ਬੀਜ ਹੋਈ ਆ ਕਣਕ ਕਰਨਾ ਕੀ ਬਾਈ ਬੂਟਿਆਂ 'ਚ ਚਲੋ ਫਿਰ ਵੀ ਜੋ ਵੀ ਦੇ ਤਾ ਪਰ ਮੁੱਟੇ ਵੀ ਤਾਂ ਹੋ ਰਹੇ ਹਨ ਜੀ 100% ਵੀ ਦੇ ਹੂੰ ਚਲ ਕੋ ਇਹ ਤਾਂ ਹੈ ਹਾਂ ਹੁਣ ਤੈਨੂੰ ਹੋਈ ਤਸੱਲੀ ਆ ਖੇਚ ਵੀ ਹੈਗੇ ਆ ਹੈਗੇ ਆ ਮੁੱਤੋ ਛੋਟੀ ਛੋਟੀ ਜਿਹੀ ਹੈ ਅੱਛੇ ਹੈਗੇ ਹਾਂ ਫਿਰ ਵੀ ਆਪਣੀ ਰੱਖਣੀ ਗੱਲ ਇਧਰ ਵਾਲੇ ਆ ਉਹ ਤੱਕ ਡੇਢ ਡੇਢ ਪੌਣੇ 2 ਕਿੱਲੇ ਥਲੜੇ ਪਾਸੇ ਨੂੰ ਹੈਗੇ ਆ ਹੈਗੇ ਬਾਕੀ ਤੇ ਖੇਤ ਆਇਓ ਪਏ ਆ ਉਹ ਹਾਲੇ ਫਸਲ ਛੋਟੀ ਹੈ ਬੜੀ ਹੋ ਕੇ ਦਿਖੂਗੀ ਹਾਂ ਜਦਾਂ ਜਾਨੇ ਘਰ ਨਾਲ ਜਿਆਦੇ ਖਣੀ ਆ ਹਾਂ ਹਾਲੇ ਭਰਿਆ ਨਹੀਂ ਖੇਤ ਚਲੋ ਚਲੋ ਹੁਣ ਤੇ ਠੰਡ ਦੇ ਕਰਕੇ ਇਹਨਾਂ ਨੂੰ ਮੈਂ ਗੱਡੀ ਦੇ ਵਿੱਚ ਲੈ ਕੇ ਆਇਆ ਭਾਈ ਐ ਨਹੀਂ ਮੈਂ ਖਿਆਲ ਤਾਂ ਪੂਰਾ ਰੱਖਦਾ ਪਰਦਰ ਮੈਨੂੰ ਵਿੱਕੀ ਦੀ ਸਮਝ ਨਹੀਂ ਆਦੀ ਵਿੱਕੀ ਤੇ ਦੋ ਜਣੇ ਰਸੇ ਕਾਤੇ ਫਿਰਦੇ ਆ ਚਲੋ ਤੁਸੀਂ ਆਪਣੀ ਵੀਡੀਓ ਚ ਦੱਸਿਓ ਵੀ ਕਾਤੇ ਰਸੇ ਫਿਰਦੇ ਆ ਹੈ ਹਲੇ ਵੀ ਭਾਈ ਭਾਈ ਪੈਰ ਹਾਂ ਹਾਂ ਦਰਦੇ ਦਰਦੇ ਵਾਕੀ ਸਹੀ ਗੱਲ ਆ ਬਾਕੀ ਸਹੀ ਗੱਲ ਆ ਤੇ ਬਾਕੀ ਭਾਈ ਆਹ ਹੁਣ ਅ ਸਾਡਾ ਅਸਲ ਵਿੱਚ ਸਾਡਾ ਗੰਨਾ ਅਸਲੀ ਢੰਗ ਨਾਲ ਹੋ ਜਵੇ ਬੇਸ਼ੱਕ ਸਰੋਂ ਨਹੀਂ ਵੀ ਹੋਈ ਉੱਪਰ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਸਰੋਂ ਵਾਲਾ ਮਾਲ ਗੰਨੇ ਲੱਗ ਜਵੇ ਹਾਂ ਸਰੋਂ ਵਾਲਾ ਮਾਲ ਗੰਨੇ ਲੱਗ ਜਵੇ ਵੀ ਗੱਲ ਤੇਰੀ ਠੀਕ ਆ ਮਣੇ ਰੋ ਜੀ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਮੰਡਾ ਦੇ ਵਿੱਚ ਸੇਮੜਗੇ ਜੀ ਇਹ ਤਾਂ ਆਉਂਦੀ ਸਾਰੇ ਮੰਡ ਦੇ ਵਿੱਚ ਮਰੁੱਦਾਂ ਨੂੰ ਲੈ ਕੱਚਾ ਬੱਚੇ ਨੂੰ ਇਹ ਤੋੜ ਲੈ ਫਾਇਦਾ ਕੀ ਫਿਰ ਗੇਰੂੰਗੀ ਲੈ ਕੱਚਾ ਨਹੀਂ ਮਿੱਠਾ ਮਿੱਠਾ ਆ ਮੂੰਹ ਚ ਦੇਖ ਲਓ ਮੂੰਹ ਜਿਹਾ ਨਹੀਂ ਮਿੱਠਾ ਇਹ ਦੱਸ ਹੈ ਭਾਇਆ ਹੈ ਨਾ ਜਾ ਘੜੋ ਕੇ ਦੇਖ ਲੈਂਦੇ ਪੱਕਾ ਏ ਉਹ ਤਾਂ ਭਲਾ ਜਦ ਆਪਾਂ ਨੂੰ ਪਤਾ ਹੁੰਦਾ ਨਾ ਘੜੋ ਸਾਹਮਣੇ ਦੇਖ ਲੈ ਕਹੇ ਲੈ ਮਠਾ ਪਿਆ ਬਈ ਇਹ ਤਾਂ ਗਲਤ ਰਿਹਾ 16 ਗੁੜੇ ਆ ਬਾਈ ਗੁੜੇ ਖਾ ਲਿਆ ਅੱਜ ਗੁੜ ਖਾ ਲਿਆ ਬਸ ਓਹ ਓਹ ਜਿਆਦਾ ਹੀ ਤੂੰ ਵੀ ਆਪਣੀ ਭਾਬੀ ਦੀ ਸਪੋਰਟ ਜਿਆਦਾ ਹੀ ਕਰਦਾ ਥੋੜੀ ਜਿਕਾ ਬੱਤਕ ਕਹਦੇ ਕਹ ਜਦ ਭਾਬੀ ਬੁਲਾ ਕੇ ਪਰੌਂਠੇ ਖਿਲਾਉਂਗੀ ਫਿਰ ਸਪੋਰਟ ਤਾਂ ਕਰਨੀ ਪੈਣੀ ਐ ਇਹ ਵੀ ਗੱਲ ਹੈਗੀ ਆ ਲਓ ਜੀ ਲਸਣ ਖੜਾ ਪੂਰਾ ਐਨ ਵਧੀਆ ਹੋਇਆ ਬਸ ਵੀ ਦੇਖ ਲੈ ਹੁਣ ਨੱਕ ਅਹੀਂ ਖੇਤਾਂ ਦੀ ਨਹੀਂ ਬਣਾਉਣਾ ਹੈ ਪਰ ਵੀਡੀਓ ਫੁਲਾਣਾ ਟਿਪ ਕੰਮ ਕਰ ਕਿ ਵੀਡੀਓ ਵਧੀਆ ਹੁਣਿਓ ਤੇ ਕਿਉਂ ਉਰੇ ਕੀ ਖਾਸ ਹੈ ਕਿ ਨਹੀਂ ਹੈਗਾ ਕਿਉਂ ਬਾਪਾ ਜੀ ਆਥਿਆ ਆਥਿਆ ਲਓ ਜੀ ਇਹਦਾ ਦੇਖ ਰਿਹਾ ਵਿੱਚ ਏ ਫੁੱਲ ਦੇਖ ਰਿਖ ਚਾ ਹਨਾ ਲੋ ਜੀ ਆ ਉਹ ਵੀ ਆਪਣੇ ਖੜੇ ਆ ਆਲੂ ਪੋਟੈਟੋ ਤੇ ਆਹੋ ਹੋਗੀ ਕਣਕ ਇਧਰ ਵਾਲੀ ਕਣਕ ਵੀ ਦੇਖੀਏ ਇਧਰ ਵਾਲੀ ਕਣਕ ਵੀ ਹੈ ਲੈ ਸਾਡੇ ਗੁੱਲੀ ਡੰਡੇ ਦਾ ਮਾੜਾ ਮੋਟਾ ਹੁੰਦਾ ਹੀ ਰਹਿੰਦਾ ਇਧਰ ਵਾਲੀ ਕਣਕ ਦੇਖ ਲਾਲਾ ਧੰਨ ਧੰਨ ਕਰਾਈ ਪਈ ਹੈ ਕਣਕਾਂ ਲਈ ਇਧਰ ਵਾਲੀ ਵੀ ਹੈ ਐਂ ਫਸੀ ਖੜੀ ਹੈ ਕਣਕਾ ਮਾਰੀਆ ਬਾਬੇ ਨਾਨਕ ਦੀ ਕਿਰਪਾ ਹੀ ਜਣੀ ਬਸ ਮਿਹਨਤ ਕਰੋ ਵਹਿਰੂ ਦਾ ਨਾਮ ਲੈ ਕੇ ਜੋ ਉਹਨੇ ਦੇਣਾ ਜੋ ਝੋਲੀ ਚ ਦਾਣੇ ਪਾਉਣੇ ਜਿਹੜੇ ਉਹਨੇ ਪਾਉਣੇ ਪਾਉਣੇ ਆ ਉਹ ਤੇ ਤੁਸੀਂ ਚਲੋ ਅੰਦਰ ਜੇ ਸੁਭੀ ਦੇਖ ਲੈ ਕੋਈ ਤੋੜਨੇ ਵਾਲੀ ਆਟਮ ਕੋਈ ਮੈਂ ਮੜਾ ਜਾਵਾਂ ਪਰਲੇ ਪਾਸੇ ਜਿਹੜੇ ਪਪਾ ਜੀ ਕਹਿੰਦੇ ਵੀ ਕੱਖ ਨਹੀਂ ਮਰਿਆ ਹੈਗਾ ਉਹ ਦੇਖ ਆਵਾਂ ਮੈਂ ਜਾ ਕੇ ਸੋ ਇਸ ਵਾਰ ਕਈਆਂ ਦੀ ਤਾਂ ਤੇਜ ਦਵਾਈ ਨੇ ਕਟਕ ਕਣਕ ਸਾੜਤੀ ਤੇ ਕਈਆਂ ਦਾ ਚੱਕਰ ਪੈ ਗਿਆ ਜੀ ਬਈ ਕੱਕ ਮਾਰਿਆ ਨਹੀਂ ਹੈਗਾ ਸੁਹਾਬ ਕੱਕ ਖੜਾ ਹੈ ਦੇਖਦਾ ਵਿੱਚ ਵਿੱਚ ਕੱਕ ਆਹ ਕਈ ਬੁੱਟੇ ਕੱਕ ਦੇ ਖੜੇ ਵਿੱਚ ਆ ਦੇਖਦੇ ਆ ਤੇ ਕਰਾਉਣੀ ਪਣੀ ਹੈ ਸਪਰੇ ਉਧਰ ਕਣਕ ਬਾਬੇ ਨਾਨਕ ਦੀ ਕਿਰਪਾ ਸੱਚੇ ਬਾਦਸ਼ਾਹ ਦੀ ਕਿਰਪਾ ਹੁਣ ਤੱਕ ਸਹੀ ਹੈ ਤੇ ਉਹ ਨੀਚੇ ਵਾਲੇ ਖੇਤਾਂ ਵਿੱਚ ਸਾਹਮਣੇ ਉਹ ਦੱਸਦੇ ਨੇ ਸਰਦਾਰ ਜੀ ਕਹਿੰਦੇ ਵੀ ਉੱਥੇ ਥੋੜਾ ਜਿਹਾ ਪਾਣੀ ਖੜਾ ਸਭ ਤੋਂ ਨੀਮਾ ਖੇਤ ਹੈ ਜਿਹੜਾ ਬਾਕੀ ਠੀਕ ਆ ਹਵਾ ਬਹੁਤ ਠੰਡੀ ਚੱਲਦੀ ਹੈ ਤੇ ਠੰਡੀ ਹਵਾ ਤੇ ਹੁਣ ਬਚਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਬਾਕੀ ਉਹ ਖਬਰ ਸੀਨਾ ਸਾਹਮਣੇ। ਤੇ ਚਲੋ ਅੰਦਰ ਜਾ ਕੇ ਹੁਣ ਡੰਗਰ ਵਾਛਾ ਚੈੱਕ ਕਰਦੇ ਆਂ ਇੱਕ ਵਾਰ। ਕਿੱਦਾਂ ਹੈਗਾ? ਹਾਂ ਕੋਈ ਦਿੱਕਤ ਜੀ ਆਹ ਮੈਂ ਦੇਖ ਕੇ ਆ ਗਿਆ ਇਧਰ ਨੂੰ। ਆ ਪਿਲਕਣ ਜੀ ਹੋਈ ਵੀ ਆ ਕਾਹੀ ਚੀਜ਼ ਦੀ ਗਈ। ਲੱਗਦੀ ਹੈ ਘਾਟ ਜੀਆ ਕਸਮ ਹੋਰੇ ਤਰ੍ਹਾਂ ਦਾ ਹੋਇਆ ਵਾ। ਜੇਕਣਾ ਉਹ ਕਿਤੇ ਡਬਲ ਸਪਰੇ ਬੱਜੀ ਹੁੰਦੀ ਆ। ਬਾਕੀ ਹੈ ਨਹੀਂ ਹੈ ਨਹੀਂ ਕਿ ਜਗ੍ਹਾ ਦੇ ਵਿੱਚ ਆ ਥੋੜੀ ਦੇ ਵਿੱਚ ਬਾਕੀ ਬਹੁਤੀ ਜਗ੍ਹਾ ਤੇ ਹੈ ਨਹੀਂ ਨੋ ਜੀ ਇੱਥੇ ਲਕਾਟ ਖਾਇਆ ਕਰਦੀ ਸੀ ਆ ਕੇ ਇਹ ਲਕਾਟ ਹੋ ਗਿਆ ਐ ਅਮਰੂਦ ਪਰ ਅਮਰੂਦ ਹੋਊਗਾ ਪਰਲਮੈਂਟ ਚੜ ਕੇ ਦੇਖਣਾ ਪੈਣਾ ਇਹਦੇ ਪਰ ਨਹੀਂ ਹੈ ਨਹੀਂ ਇੱਥੇ ਲਕਾਟ ਬਹੁਤ ਖਾਦੇ ਭਾਈ ਬਹੁਤ ਮਿੱਠੇ ਲਕਾਟ ਤੇ ਉਹ ਮੈਂ ਤਾਂ ਆ ਵੀ ਦੂਏ ਪਾਸੇ ਨੂੰ ਗਿਆ ਇੱਧਰ ਤਾਂ ਸ਼ਾਇਦ ਕੁੰਡਾ ਹੀ ਲੱਗਿਆ ਹੋਵੇ ਆ ਤਾਂ ਵਧੀਆ ਫਸਲ ਤਾਂ ਬਹਿ ਗਈ ਜੀ ਕਿਰਪਾ ਭਾਈ ਚਲੋ ਮੈਂ ਤਾਂ ਸਾਡੀ ਰਾਸ ਪਾਜਵੇ ਸਾਡੇ ਉਹ ਹਾੜੀਆ ਖੋਲਦੇ ਮੜਾ ਜੈ ਇਧਰੋਂ ਮੈਨੂੰ ਵੀ ਕੱਢ ਲਓ ਅੰਦਰੋਂ ਲਓ ਜੀ ਕਾਕੰਡਾ ਵੱਡਿਆ ਪਿਆ ਟੁੱਕਿਆ ਪਿਆ ਸਰਦਾਰ ਜੀ ਲੱਗੇ ਹੋਏ ਆ ਸੇਕਣ ਬੁਲਾ ਦਿਓ ਆਪਾਂ ਜੀ ਹੱਸੇ ਚਾਹ ਆਕਾਲ ਜੀ ਤੇ ਸਮੀਟ ਹੀਟਰ ਬਾਹਰੇ ਕੱਢ ਲਿਆ ਹੈ ਇੱਥੇ ਤਾਂ ਹਵਾ ਲੱਗਦੀ ਹੁਣੀ ਆ ਚਲੋ ਤੇ ਅੱਜ ਠੰਡੀ ਹਵਾ ਭਾਈ ਸਾਡੇ ਜਾਨਵਰ ਦੇਖ ਲਓ ਪਾਪਾ ਜੀ ਨੇ ਐਨ ਲਕੋਏ ਪਏ ਆ ਲੈ ਆਦਲ ਮੇਕਰ ਦਾ ਕਿਰਨੇ ਨੂੰ ਫਿਰਦਾ ਇੱਕ ਹਾਂ 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 ਕੀ ਦੇ ਦੀ ਇਹ ਮੈਨੂੰ ਦੇਖ ਕੇ ਚਾਮਲ ਜਾਂਦੀ ਜਿਹੜੀ ਜਿਹੜੇ ਚਾਮਲ ਜਾਂਦੀ ਹੈ ਲਓ ਜੀ ਥੋੜੇ ਦਿਨਾਂ ਤੱਕ ਮੜ ਜੇ ਦਿਨ ਜੇ ਖੁੱਲ ਜਵੇ ਫਿਰ ਇਹਨੂੰ ਹੁਣ ਰੰਗ ਰੋਗਨ ਕਰਾਉਣਾ ਹੈ ਟਰਾਲੇ ਨੂੰ ਫਿਰ ਟਰਾਲੇ ਦੀ ਟੌਰ ਜੀ ਕੱਢਣੀ ਹੈ ਉੱਪਰ ਲਿਖਾਉਂਗੇ ਕਰਨਵੀਰ ਸਿੰਘ ਪਰਸ਼ੋਤਮ ਸਿੰਘ ਵਿਕਰਮ ਸਿੰਘ अवतार सिंह ਇਹਨੂੰ ਫਿਰ ਥੋੜੀ ਜਿਹੀ ਕਹਿਦਾ ਪਰ ਹੱਥ ਪੱਲਾ ਜਮਰਾਵਾਂਗੇ ਇਸ ਵਾਰ ਨੂੰ ਦਰਖਾਣ ਦਾ ਕਾਰਨ ਹੈ ਵੀ ਮੇਰੇ ਕੋ ਗੰਨਾ ਹੈ ਨਹੀਂ ਸੀਗਾ ਬਾਹਰ ਖੜੇ ਖੜੇ ਨੇ ਉੱਥੇ ਫਿਰ ਤੁਹਾਨੂੰ ਪਤਾ ਹੀ ਹੈ ਜਗਾ ਜੀ ਰੁੱਧ ਹੋ ਜਾਂਦੀ ਸਾਰੀ ਤੂੜੀ ਵੀ ਹੈਗੀ ਹੈ ਜੀ ਸੋਣੀ ਆਪਣੇ ਕੋਲ ਤੇ ਚਲੋ ਬਾਕੀ ਚੱਲੀ ਜਾਣਾ ਕੰਮ ਇਹ ਜਮੀਨ ਸ਼ਾਇਦ ਇਸ ਸਾਲ ਤੱਕੇ ਸਾਡੇ ਕੋਲ ਇਸੇ ਬਾਅਦ ਅਗਲੇ ਸਾਲ ਸ਼ਾਇਦ ਮਿਲੇ ਨਾ ਮਿਲੇ ਨਹੀਂ ਤਾਂ ਬੋਈ ਹੋਰ ਹੋਊਗਾ ਇੱਥੇ ਰਹਿਣੇ ਵਾਲਾ ਆ ਕੇ ਹਾਂ ਤੋੜਲੇ ਵਿੱਚ ਇੱਥੇ ਹਾਂ ਮੇਥੇ ਹੋਣ ਦੇ ਕਿੰਨੇ ਕੈਮ ਮੇਥੇ ਜਿੰਨੇ ਮੈਸ ਨੇ ਖਾਲੇ ਤੋਂ ਨਹੀਂ ਵੱਧ ਹੋ ਗਈ ਮੈਂ ਤੋੜਨੇ ਤਾਂ ਹੈ ਨਹੀਂ ਤੇ ਹਾਂ ਅਮਰ ਉਹਨੂੰ ਕਹਿੰਦਾ ਭਾਬੀ ਜੀ ਥੋੜੀ ਜਿਹੀ ਤੋੜਲਾ ਕਾਨੂੰ ਇੱਥੇ ਵਾਲੀ ਰੋਟੀ ਬਕਾਣੀ ਹਾਂ ਉਦੋਂ ਵੀ ਮੇਥੇ ਵਾਲੀ ਰੋਟੀ ਖਾਦਦੇ ਨੇ ਉਹਨੇ ਨੇ ਸਵਾਦ ਲੱਗਿਆ ਇਹਨੂੰ ਤਾਂ ਕਰਕੇ ਹਨਾ ਹਾਂਜੀ ਤੂੰ ਵੀ ਲੈ ਜਾ ਭਾਈ ਲੈ ਜਾਣੀ ਹੈ ਜੇ ਆਪਾਂ ਜੀ ਕਹਿੰਦੇ ਤੂੰ ਵੀ ਲੈ ਜਾ ਭਾਈ ਲੈ ਜਾਣੇ ਹਜੇ ਹਾਂ ਚਲੋ ਇੱਕ ਵਾਰ ਅੰਦਰ ਵੀ ਮਾਰ ਲਈਏ ਜਿਹੜਾ ਲਓ ਜੀ ਪਾਪਾ ਜੀ ਕਹਿੰਦੇ ਵੀ ਮੈਂ ਥੋੜੇ ਦਿਨਾਂ ਤੱਕ ਵੱਡੇ ਦੇਣੇ ਆ ਆਮਰ ਨੂੰ ਵੀ ਦੇਤੇ ਤੋੜ ਕੇ ਹੁਣ ਬਣਾ ਕੇ ਖਾ ਲਈ ਭਾਈ ਆਪਣੀ ਭਾਬੀ ਦੇ ਹੱਥ ਦੇ ਇਹਦੀ ਸਖੀ ਭਾਬੀ ਸਰਬਜੀਤ ਦੀ ਘਰ ਵਾਲੀ ਬਣਾ ਕੇ ਦੇਊਗੀ ਇਹਨੂੰ ਹਰੀਆਂ ਚੀਜ਼ਾਂ ਖਾਓ ਕਹਿੰਦੇ ਆਹ ਹਾਂ ਹਰੀਆਂ ਚੀਜ਼ਾਂ ਖਾਓ ਇਹ ਵੀ ਜ਼ਰੂਰੀ ਖਾਣੀਆਂ ਜ਼ਰੂਰੀ ਹੈ ਜ਼ਰੂਰੀ ਹੈ ਜ਼ਰੂਰੀ ਹੈ ਇੱਥੇ ਮੈਂ ਪਿਆਜ਼ ਲਾਉਣਾ ਭਾਈ ਬਾਅਦ ਚ ਠੀਕ ਆ ਠੀਕ ਆ ਠੀਕ ਆ ਠੀਕ ਆ ਚਲੋ ਹੁਣ ਅਸੀਂ ਤੋੜ ਲਈਏ ਜੇਬਾ ਮਿਲਦੇ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖ ਪਾਰਲੀਮੈਂਟ ਵਾਪਸ ਵਰਕੇ ਹੁਣ ਪੀਸੀ ਕਰਦੜੀ ਪੀਸੀ ਕਰ ਲੈ ਟੀਸੀ ਜਾਵਈਆਂ